ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਆ ਉਦੋਂ ਤੋਂ ਬਾਅਦ ਕੁਝ ਲਾਈਨਾਂ ਲਗਾਤਾਰ ਬਾਹਰ ਆਉਂਦੀਆਂ ਨੇ ਸਲੋਗਨ ਦੇ ਰੂਪ ਦੇ ਵਿੱਚ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ। ਪਰ ਚੰਨੀ ਸਾਹਿਬ ਦੇ ਮਸਲੇ ਹੱਲ ਕਰਨ ਦਾ ਜਿਹੜਾ ਤਰੀਕਾ ਥੋੜ੍ਹਾ ਜਿਹਾ ਬਦਲ ਗਿਆ ਲੱਗਦਾ, ਕਿਉਂਕਿ ਗੱਲ ਕਰ ਲੱਗੇ ਹਾਂ ਕੱਲ੍ਹ ਦੀ ਮਾਨਸਾ ਦੀ, ਜਿੱਥੇ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਰੋਸ ਮੁਜ਼ਾਹਰੇ ਕਰਦੇ ਹੋਏ ਆ, ਜੋ ਡੰਡਾ ਕੁੱਟ ਕੀਤੀ ਗਈ ਆ ਪੁਲਿਸ ਦੇ ਵੱਲੋਂ। ਖਾਸ ਕਰਕੇ ਜ਼ਿਕਰ ਕਰਾਂਗੇ ਪੰਜਾਬ ਪੁਲਿਸ ਦੇ ਇਸ DSP ਦਾ, ਜਿਹਦੀਆਂ ਫੋਟੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਹੁਣ ਪੰਜਾਬ ਜਥੇਬੰਦੀਆਂ ਉਗਰਾਹਾਂ ਜਿਹੜੀ ਹੈ ਉਹਦੇ ਵੱਲੋਂ ਲਗਾਤਾਰ ਇਸ ਗੱਲ ਨੂੰ ਨੋਟਿਸ ਲਿਆ ਗਿਆ ਸੀ ਕਿ ਪੰਜਾਬ 'ਚ ਕਿੱਥੇ ਕਿੱਥੇ ਕੀ ਹੋ ਰਿਹਾ। ਉਹਨਾਂ ਨੇ ਇਸ DSP ਨੂੰ ਲੈ ਕੇ ਸਖ਼ਤ ਚੇਤਾਵਨੀ ਪੰਜਾਬ ਸਰਕਾਰ ਨੂੰ ਦਿੱਤੀ ਹੈ ਕਿ ਜੋ ਵਰਤਾਰਾ ਉਹਨਾਂ ਦੇ ਵੱਲੋਂ ਅਧਿਆਪਕਾਂ ਦੇ ਨਾਲ, ਜਿਹਨਾਂ ਨੂੰ ਅਸੀਂ ਭਵਿੱਖ ਕਹਿੰਦੇ ਹਾਂ, ਅਗਰ ਬੱਚਿਆਂ ਨੂੰ ਪੜ੍ਹਾਉਣਾ ਤਾਂ ਸਭ ਤੋਂ ਪਹਿਲਾਂ ਅਧਿਆਪਕ ਉਹਨਾਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਮਾਣ ਸਨਮਾਨ DSP ਨੇ ਕੀਤਾ, ਜਿਸ ਤਰੀਕੇ ਦੇ ਨਾਲ ਛੱਲੀਆਂ ਵਾਂਗੂ ਉਹਨਾਂ ਅਧਿਆਪਕਾਂ ਨੂੰ ਬੱਸਾਂ ਦੇ ਵਿੱਚ ਬੈਠਿਆਂ ਨੂੰ ਕੁੱਟਿਆ ਗਿਆ, ਉਹ ਆਪਣੇ ਆਪ ਦੇ ਵਿੱਚ ਸਾਨੂੰ ਦੰਦਾਂ ਥੱਲੇ ਉਂਗਲਾਂ ਚਬਾਉਣ ਦੇ ਲਈ ਉਹ ਗੱਲ ਮਜਬੂਰ ਕਰਦੀ ਹੈ, ਉਹ ਵੀਡੀਓ ਮਜਬੂਰ ਕਰਦੀਆਂ ਨੇ। ਦੇਖਿਆ ਜਾਵੇ ਤਾਂ ਸਾਹਮਣੇ ਸਾਹਮਣੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਾਂ, ਲੋਕਤੰਤਰ ਦੀਆਂ ਗੱਲਾਂ ਕਰਦੇ ਹਾਂ, ਜਿੱਥੇ ਹਰੇਕ ਨੂੰ ਆਪਣੇ ਤਰੀਕੇ ਦੇ ਨਾਲ ਰੋਸ ਵਿਖਾਵਾ ਕਰਨ ਦਾ ਜਿਹੜਾ ਅਧਿਕਾਰ ਦਿੱਤਾ ਗਿਆ। ਪਰ ਇਸ ਰੋਸ ਵਿਖਾਵੇ ਦੇ ਅੰਦਰ ਕਿਸ ਨੇ ਉਸ DSP ਨੂੰ ਇਹ ਅਧਿਕਾਰ ਦਿੱਤਾ ਕਿ ਉਹ ਇਹਨਾਂ ਅਧਿਆਪਕਾਂ ਦੀ ਛੱਲੀਆਂ ਵਾਂਗੂ ਕੁੱਟ ਕਰੇ ਅਤੇ ਅਸੀਂ ਮੂਕ ਦਰਸ਼ਕ ਬਣ ਕੇ ਉੱਥੇ ਦੇਖਦੇ ਰਹੀਏ? ਸੋ ਸਾਰੀਆਂ ਵੀਡੀਓਜ਼ ਕਿਸੇ ਕੋਲ ਫੋਟੋ ਲੁਕੀਆਂ ਹੋਈਆਂ ਨਹੀਂ ਆ। ਅਤੇ ਇਸ ਚੀਜ਼ ਨੂੰ ਲੈ ਕੇ ਪੰਜਾਬ ਕਿਸਾਨ ਜਥੇਬੰਦੀ ਉਗਰਾਹਾਂ ਜਿਹੜੀ ਹੈ ਉਹਨਾਂ ਨੇ ਸਖ਼ਤ ਨੋਟਿਸ ਜਿਹੜਾ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਕਿ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਫਿਰ ਬਣਦੇ ਹੱਥ ਜਥੇਬੰਦੀਆਂ ਤੁਹਾਨੂੰ ਆਪਣੇ ਦਿਖਾਉਣਗੀਆਂ ਕਿ ਕਿਸ ਤਰੀਕੇ ਦੇ ਨਾਲ ਇਸ ਦੀ ਮੰਗ ਜਿਹੜੀ ਅਧਿਆਪਕਾਂ ਦੇ ਹੱਕ ਦੇ ਵਿੱਚ ਵੀ ਚੁੱਕਣਗੀਆਂ ਜਥੇਬੰਦੀਆਂ ਆ ਕੇ ਅਤੇ ਦੱਸਣਗੀਆਂ ਸਰਕਾਰਾਂ ਨੂੰ ਕਿ ਜਿਹੜੀਆਂ ਧੱਕੇਸ਼ਾਹੀਆਂ ਤੁਸੀਂ ਲੋਕਾਂ ਨਾਲ ਕਰ ਰਹੇ ਹੋ ਉਹਦਾ ਸਹੀ ਜਵਾਬ ਕੀ ਹੈ। ਸੋ ਚੰਨੀ ਸਾਹਿਬ ਦੀ ਉਸ ਰੈਲੀ ਦੇ ਵਿੱਚ ਅਧਿਆਪਕਾਂ ਦੀ ਇਸ ਕੁੱਟਮਾਰ ਕਰਨ ਦਾ ਕੀ ਕਾਰਨ ਹੋ ਸਕਦਾ, ਉੱਥੇ ਲੋਕਾਂ ਨੂੰ ਉਹਨਾਂ DSP ਨੂੰ ਕਿਉਂ ਨਹੀਂ ਰੋਕਿਆ ਗਿਆ, ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ।